ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ। ਹੋਰ ਤੁਸੀਂ ਸਾਰੇ ਕਿਵੇਂ ਹੋ? ਮੈਂ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ। ਤੇ ਅੱਜ ਹੋ ਗਈ ਆ 5 ਤਰੀਕ, ਸਵੇਰ ਦੇ 5:30 ਵਜੇ ਆ। ਬਸ ਹੁਣ ਮੈਂ ਗੁਰਦੁਆਰਿਓਂ ਆਇਆ ਹੀ ਸੀਗਾ ਤੇ ਬਲੌਗ ਸਟਾਰਟ ਮੈਂ ਕਰ ਦਿੰਦੇ ਕਿਉਂਕਿ ਇਹ ਤੋਂ ਬਾਅਦ ਫਿਰ ਹੁਣ ਆਪਾਂ ਸੋਣਾ ਹੀ ਆ। ਤੇ ਅੱਜ ਆਪਣੇ ਇੱਕ ਤਾਂ ਪ੍ਰਾਹੁਣਿਆਂ ਨੇ ਆਉਣਾ, ਉਹ ਵੀ ਤੁਸੀਂ ਦੇਖਿਓ ਤੇ ਉਹ ਵੀ ਤੁਸੀਂ ਦੇਖਿਓ ਤੇ ਉਹ ਵੀ ਤੁਸੀਂ ਦੇਖਿਓ ਕਿ ਇਹਨਾਂ ਨੇ ਆਉਣਾ ਵਾ। ਤੇ ਉਹ ਤੋਂ ਬਾਅਦ ਫਿਰ ਆਪਾਂ ਪਿਛਲੇ ਬਲੌਗ ਦੇ ਵਿੱਚ ਦੱਸਿਆ ਸੀ ਨਾ ਕਿ ਆਪ ਸਾਡੀ ਕਿਤੇ ਜਾਣ ਦੀ ਪਲੈਨਿੰਗ ਆ, ਤੇ ਉਹ ਵੀ ਆਪਾਂ ਜਾਣਾ ਵਾ ਚੰਡੀਗੜ੍ਹ। ਚੰਡੀਗੜ੍ਹ ਉਦਾਂ ਕੰਮ ਸਾਨੂੰ ਕੱਲ ਆ, ਫਿਰ ਅੱਜ ਅਸੀਂ ਚੱਲ ਜਾਣਾ ਗੁਰਦੁਆਰਾ ਭੱਠਾ ਸਾਹਿਬ ਆ ਨਾ, ਜਿੱਥੇ ਉੱਥੇ ਸਾਡੇ ਰਿਸ਼ਤੇਦਾਰ ਆ, ਅੱਜ ਆਪਾਂ ਉਹਨਾਂ ਦੇ ਚੱਲ ਜਾਂਗੇ ਤੇ ਕੱਲ ਫਿਰ ਚੰਡੀਗੜ੍ਹ ਜਾਣਾ ਥੋੜਾ ਸੌਖਾ ਹੋ ਜਾਊਗਾ ਨਾ। ਤੇ ਚਲੋ ਠੀਕ ਹੈ ਯਾਰ, ਹੁਣ ਮੈਂ ਜਲਦੀ ਜਲਦੀ ਸੋਨਾ ਚੇਂਜ ਕਰਦਾ ਤੇ ਫਿਰ ਤੁਹਾਨੂੰ ਮਿਲਦੇ ਹਾਂ। ਖਾਲਸਾ ਜੀ ਸੁੱਤੇ ਵੇ ਘੂਕ, ਕੋਈ ਸੁਰਤ ਨਹੀਂ। ਚਲੋ ਯਾਰ ਹੁਣ ਮੈਂ ਵੀ ਸੋਨਾ ਤੇ ਫਿਰ ਤੁਹਾਨੂੰ ਮਿਲਦੇ ਹਾਂ। ਹਾਂਜੀ ਮਿੱਤਰੋ, ਇਟਸ 9:35 ਤੇ ਮੈਂ ਬਸ ਜਾ ਰਿਹਾ ਕਿਸੇ ਇਸ਼ਨਾਨ ਕਰਨ, ਫਿਰ ਆਪਾਂ ਥੋੜ੍ਹਾ ਜਿਹਾ ਤਿਆਰ ਹੋਵਾਂਗੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਅੱਜ ਪ੍ਰਾਹੁਣਿਆਂ ਨੇ ਆਉਣਾ ਤੇ ਬਸ ਹੁਣ ਸਾਹਿਬ ਵਾਸ਼ਰੂਮ ਦੇ ਵਿੱਚ ਅੱਜ ਸਾਹਿਬ ਫਿਰ ਇੱਧਰ ਆ ਗਈ, ਫਿਰ ਤੁਹਾਡੇ ਨਾਲ ਗੱਲ ਕਰਦਾ ਹਾਂ। ਹਾਂਜੀ ਯਾਰ ਮੈਂ ਕਿਸੇ ਇਸ਼ਨਾਨ ਤਾਂ ਗੱਲ ਹੈ, ਵਾਲ ਵੀ ਮੇਰੇ ਗਿੱਲੇ ਸੀਗੇ, ਪਰ ਮੰਮੀ ਦੀ ਮੈਨੂੰ ਕਾਲ ਆਈ ਕਹਿੰਦੀ ਵੀ ਅਸੀਂ ਬਸ ਪਹੁੰਚਣ ਲੱਗੇ ਹਾਂ ਪਿੰਡ, ਤੂੰ ਮਾੜਾ ਜਿਹਾ ਦੁਕਾਨ ਵੱਲ ਨੂੰ ਆ ਜਾ ਕਿਉਂਕਿ ਉੱਥੇ ਨਾ ਮਾਮੇ ਦੇ ਵਿਆਹ ਦੀ ਜਿਹੜੀ ਭਾਜੀ ਬਣਾਈ ਸੀ ਉਹ ਕੜਾਹੀਆਂ ਤੇ ਖੌਂਚੇ ਸਾਰਾ ਕੁਝ ਉੱਥੇ ਹੀ ਪਿਆ ਆ ਤੇ ਉਹ ਫਿਰ ਅੱਜ ਗੁਰੂ ਘਰ ਦੇਣੇ ਆ। ਮੰਮੀ ਉਹਦੀ ਵੀ ਪਹੁੰਚ ਗਏ ਹੁਣ ਲਗਭਗ, ਬਸ ਮੈਂ ਵੀ ਹੁਣ ਘਰੋਂ ਚੱਲਾ ਹੋਏਗਾ। ਕੜਾਹੀਆਂ ਛੱਡ ਕੇ ਆਈਏ, ਮਾਮੇ ਦੇ ਵਿਆਹ ਦੀ, ਮਾਮੇ ਦਾ ਵਿਆਹ ਤਾਂ ਹੋ ਗਿਆ, ਹਫ਼ਤਾ ਵੀ ਹੋ ਚੱਲਾ ਆ। ਚਲੋ ਨਹੀਂ ਲੈਣੀ ਇਹਨੂੰ ਸੀਨ ਨਹੀਂ ਨਹੀਂ ਮੇਰਾ ਕਾਕਾ ਨਹੀਂ ਲੈਣੀ ਖੋਏ ਕਿੱਦਾਂ ਧੜਾਕ ਧੜਾਕ ਸਾਹਿਬ ਆ ਗਏ ਆ। ਕੋਚ ਸਾਹਿਬ ਕੋਚ ਸਾਹਿਬ ਆ ਬੋਏ ਮੋਰੇ ਹੁਣ ਬੂਟ ਪਾ ਕੇ ਪੂਮਾ ਦੇ, ਕਹਿੰਦੇ ਪੂਮਾ ਹੀ ਪੂਮਾ ਕਰਕੇ ਉਈ ਮਾਣਾ ਹੋ ਜਾਵੇ। ਕੋਚ ਸਾਹਿਬ ਆ ਗਏ ਆ, ਕੋਚ ਸਾਹਿਬ ਆ ਬੋਏ ਮੋਰੇ ਨਾ ਦੱਸ ਦੇ ਕਿਹੜੀ ਜੇ ਦੇ ਆ। ਲਾ ਦੇ ਆਪਣੇ ਚੱਜ ਨਾ ਲਾ ਦੇ ਕਿੱਦਾਂ ਲੱਗੀ ਆਂਦਾ ਕਿ ਨਹੀਂ ਆਂਦਾ ਕਿੱਥੇ ਆ ਗਏ ਕਹਿੰਦੇ ਤੇਲ ਲਾਈ ਜਾਂਦੇ ਆ ਉਹ ਕਹਿੰਦੇ ਕਿੱਥੇ ਆ ਗਏ ਕਹਿੰਦੇ ਤੇਲ ਲਵਾਈ ਜਾਂਦੇ ਆ ਕਹਿੰਦੇ ਹੇਅਰ ਐਂਡ ਕੇਅਰ ਤੇਲ ਹੈ। ਕੋਸਾ ਵੀ ਕੋਲੇ ਬੈਠੇ ਆ, ਕੋਸਾ ਦੌੜ ਕੇ ਆਏ ਆ ਹੁਣ ਲੱਤਾਂ ਬਣਾਉਣ ਦੀ ਤਿਆਰੀ ਚ ਤੇ ਆ ਕੋਸਾ ਬੀਬੀ ਦਾ ਫੇਸ਼ੀਅਲ ਫੇਸ਼ੀਅਲ ਹੁੰਦਾ ਵਾ ਇਹ ਕਹਿੰਦੇ ਕੋਸਾ ਫੇਸ਼ੀਅਲ ਕਰਾ ਰਹੇ ਆ ਓਏ ਕੋਸਾ ਵੀ ਕਰੀ ਜਾਂਦੇ ਆ। ਬਸ 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 ਚੱਕ ਲੋ ਇਹਨੂੰ ਵਿੱਚੋਂ ਚਲੋ ਬਸ ਕਰੋ ਚਲੋ ਆ ਜਾਓ ਹੁਣ ਬਾਹਰ ਚੱਕਰ ਆ ਜਾਣਾ ਟੈਮ ਦੇਖੋ ਤੁਹਾਡੇ ਆਉਣ ਦੇ 3:00 ਆ। ਚਲੋ ਮਿੱਤਰੋ ਸਕੂਟੀ ਲੈ ਕੇ ਚਲੀ ਅੰਦਰ ਨੂੰ, ਮੈਂ ਤੈਨੂੰ ਬਲੌਗ ਦੇ ਵਿੱਚ ਲੈ ਲਿਆ ਤੇ ਤੂੰ ਅਨਿਕੇਤ ਨੂੰ ਜਰੂਰ ਭੇਜ। ਅਨਿਕੇਤ ਦਾ ਕਮੈਂਟ ਆਇਆ ਸੀ ਨਾ ਕਹਿੰਦਾ ਸਾਹਿਬ ਨੂੰ ਕਦੇ ਬਲੌਗ ਦੇ ਵਿੱਚ ਲਓ, ਇਹ ਤਾਂ ਲੁਕੀ ਜਾਂਦਾ ਪਤਾ ਨੀ ਭਰਾਵਾ ਮੈਂ ਕਿਹੜਾ ਕੋਈ ਗਲਤ ਕਰਦਾ। ਚੱਲ ਠੀਕ ਆ ਹੁਣ ਅਨਿਕੇਤ ਜਰੂਰ ਦੇਖ ਲੂਗਾ ਹਨਾ ਕਿੱਥੇ ਗਿਆ। ਕੱਲ ਨੂੰ ਆਉਣਾ, ਕੱਲ ਨੂੰ ਤੂੰ ਇਹਦੇ ਬਲੌਗ ਚ ਆਊਗਾ ਮੁੰਡਾ। ਚਲੋ ਹੁਣ ਚੱਲਦੇ ਆ ਤੇ ਕਾਫੀ ਜ਼ਿਆਦਾ ਇੰਤਜ਼ਾਰ ਤੋਂ ਬਾਅਦ ਚਾਚੀ ਵੀ ਆ ਗਏ ਆ, ਸਕੂਟੀ ਉਹਨਾਂ ਦੀ ਮੈਂ ਅੰਦਰ ਲਾਉਣ ਲੱਗਾ ਤੇ ਹੁਣ ਮੈਂ ਵੀ ਚੱਲਦਾ ਅੰਦਰ। ਇਹ ਬਟਨ ਨਾ ਖੋਲਦਾ ਹੈ, ਮੈਨੂੰ ਤਾਂ ਪਤਾ ਹੀ ਨਹੀਂ ਬਟਨ ਵਾਲੀ ਸਕੂਟੀ ਤੁਹਾਡੀ। ਹੈ ਕੁੜੀ ਨੇ ਬੂਟ ਕੱਟ ਪਾਈ ਆ, ਕਹਿੰਦੇ ਬੂਟ ਕੱਟ
बूट भी कट के आ जा मिल के आइए आहो ले फड़ चल हैं उत्साह आप हुई मोरी नहीं लानिया पैनिया हूं हैप्पी बर्थडे दमन ये रवा कमा करने वाले बंदे बीबी ने गुस्सा चढ़ाता अज ले होर भाजी होर बस यार हम चाची हुई करी अस मुझे जाना ना चंडीगढ़ हूं बस चले बस रेडी चले बह जाओ खालसा जी रोपड़ पहुंच गए बिलकुल लागे भट्ठा साहब के भूआ जी का घर मैं उन्होंने हमने कॉल की कहते कोई नहीं आ जाओ उन्होंने माड़ा जहा मैं दसता जो नहीं पता लगा फिर उन्होंने कॉल कर लेंगे ना तो चलो हम चलते हैं फाइनली आप घर पहुंच गए हैं तो साहिब अंदर चले गई है चलो हम आप अंदर चल चलो फाइनली पहुंच गए हैं ज्यादा दिक्कत नहीं आई पहला ना ही आनंदपुर साहब न मुड़ गए नूरपुर बीती गल तो कुदरती मैं पूछ लिया पहुंच गए बहुत ही दिक्कत नहीं आई चलो हम रिलैक्स होने थोड़ा जहा फ्रैश होने फिर तुम मिलते अच्छा अच्छा प्रॉपर ठीक और फाइनली अस यार पहुंच गए अपनी पी लिया बस खास जी तैयार होंगे पे है कहते गुआढ़ दे विच हैगा विआह ते वैसे सानू भी कहते उत्थे चलो आपां क्या फिर आपां गुरु घर जाने इन्ना चिर ते इहदा थोड़ा अनकंफर्टेबल लगता ना बस हुण चलिए गुरुद्वारा भट्ठा साहब तुहानू भी दर्शन करवाउणे उन्हां दे घरे लै गए होंगे उन्हां नूं ओ कोई चक्कर नहीं है नहीं नहीं चक्कर ऐसा नहीं साडे हैगा इत्थे ऐसा तो माहौल नहीं हैगा साडा बरात भी जाओगे ना कल देख दी कौन कौन जाना अच्छा। आ जाना मैडम तो जरूर जाओगी ना चलो मैं जाके आने आप जाओ ना उधर चलो आने तो डीजे ते बीट मारो बस यार हूं आप मैं दस पहला भी चाह पानी पी लिया गुरुद्वारा भट्ठा साहब चले वैसे ना भूआ जी के बिलकुल सामने गुआढ़िया के घरे व्याह आ सानू कहिंदे तुसी भी उत्थे चलो असि कहिंदे नहीं तुसी जाके आओ जब तक आप फिर गुरु घर जा आने है ना बस आप चले खालस जी ने चप्पल मांग के पा लिया मैं की करा चलो यार चलिए गुरुद्वारा भट्ठा साहब पहुंच गए हैं गुरुद्वारा भट्ठा साहिब चलो हम चलिए अंदर जी जस्ट उथे अंदर वड़े सी भूआ जी के घरे ते नाले ही मीह स्टार्ट हो गया देखो सारिया सड़क भी गिलियां हम सवेरे सवेरे आप जाना चंडीगढ़ नू ठंड लगनी यार वाहिगुरु वाहिगुरु पाठ शुरू हो गया नाल ही चलो हम जोड़े जमा कराइए ते अंदर चलिए दरबार साहब मत्था टेकिए जोड़े आप कराते जमा चलो हम अंदर चलिए
लो जी बाबा जी करियो कृपा। शूज बूट पाइए बाहर चलने। ओके शूज पा ले हम चलते हैं बाहर देखते हैं जो कुछ खाने बन गई तो कुछ खावे माड़ा मोटा फिर बस घर में जावे। घर पहुंच गए टीवी देख दे अल्लू अर्जुन बेबी अल्लू अर्जुन। चलो जागो जागो अब जागो चले व्या ते असि भी चले व्या ਹਾਂਜੀ ਫਾਈਨਲੀ ਆਪਾਂ ਘਰੇ ਆ ਗਏ ਸੀਗੇ ਬਸ ਹੁਣ ਥੱਕ ਜਾ ਹੋ ਗਿਆ ਸਰੀਰ ਰੈਸਟ ਮੰਗਦਾ ਤੇ ਫਿਰ ਆਪਾਂ ਕੋਲੇ ਵਿਆਹ ਸੀਗਾ ਗੁਆਂਢੀਆਂ ਦੇ ਭੂਆ ਜੀ ਉਹਨਾਂ ਦਾ ਉਹਨਾਂ ਨਾਲ ਬੜਾ ਪਿਆਰ ਆ ਤੇ ਫਿਰ ਆਪਾਂ ਉੱਥੇ ਹੀ ਚਲੇ ਸੀ ਪ੍ਰਸ਼ਾਦਾ ਫਿਰ ਆਪਾਂ ਉੱਥੇ ਹੀ ਛਕ ਲਿਆ ਸੀਗਾ ਬਾਕੀ ਅੱਜ ਸਾਰਾ ਦਿਨ ਬਸ ਪਹਿਲਾਂ ਤਾਂ ਅਸੀਂ ਚਾਚੀ ਉਹਨਾਂ ਨੂੰ ਉਡੀਕਦੇ ਰਹੇ ਉਹ ਮਤਲਬ 2:45 ਤੇ ਸਾਡੇ ਘਰੇ ਆਏ ਹੈ ਨਾ ਤੇ ਫਿਰ ਉਹੀ ਅਸੀਂ 3:20 ਤੇ ਇੱਧਰ ਨੂੰ ਤੁਰ ਪਏ ਸੀਗੇ ਨਾਲ ਬੈਠ ਕੇ ਚਾਚੀ ਉਹਨਾਂ ਦੇ ਚਾਹ ਚੂ ਆਪਾਂ ਪੀਤੀ ਤੇ ਸਮੋਸੇ ਲੈ ਕੇ ਆਏ ਸੀਗੇ ਉਹ ਖਾਧੇ ਤੇ ਫਿਰ ਆਪਾਂ 3:20 ਤੇ ਘਰੋਂ ਤੁਰ ਪਏ ਸੀਗੇ ਇੱਥੇ ਪਹੁੰਚੇ ਇੱਥੇ ਹੁਣ ਵਿਆਹ 'ਤੇ ਚਲੇ ਗਏ ਉੱਥੇ ਰੌਣਕ ਮੇਲਾ ਦੇਖ ਲਿਆ ਬਸ ਹੁਣ ਆਪਾਂ ਬਲੌਗ ਦੀ ਕਰਨ ਲੱਗੇ ਐਂਡਿੰਗ ਤੇ ਐਡੀਟਿੰਗ ਤਾਂ ਹੁਣ ਮੈਂ ਕਰ ਲਊਂਗਾ ਬਟ ਹੁਣ ਮੈਨੂੰ ਇਹ ਚੱਕਰ ਆ ਕਿ ਮੈਂ ਯਾਰ ਬਲੌਗ ਅਪਲੋਡ ਕਿੱਦਾਂ ਕਰੂੰਗਾ ਕਿਉਂਕਿ 6-7 GB ਦਾ ਬਲੌਗ ਬਣ ਜਾਂਦਾ ਫਿਰ ਅਪਲੋਡ ਕਰਨਾ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਦੇਰ ਦਾ ਜ਼ਿਆਦਾ ਨੈੱਟ ਪਾਉਣਾ फिर ब्लॉग आप अपलोड कर देने क्योंकि कल जो ब्लॉग आऊगा फिर ही थोड़ा सही होगा ना क्योंकि फिर यार काम जो वो कट्ठा जहा हो जाता ब्लॉग वो ही एडिट करना फिर अपलोड करना दो ब्लॉग बहुत औखा जहा लगना पैदा एडिट करना तो हम आप कर लगे ब्लॉग की एंडिंग बस हम रेस्ट करनी है सोना है देखदा जो एडिटिंग हुई धक्के देना जल्दी जल्दी करके तो फिर आप मिलते अगले ब्लॉग के कल आप सवेरे जाना चंडीगढ़ में तो प्लैन तो यही है कि आप 8 बजे इतों घरों तुरीए इतों का थोड़ा ही टाइम लगना लगभग 1.5 घंटे का रहा चंडीगढ़ का बस ठीक है इस ब्लॉग में इन्ना कि आप मिलते अगले ब्लॉग जो चैनल पर नवे हाँ तो लाइक सबसक्राइब एंड शेयर कर दो बैल आइकन यार जरूर प्रेस कर लिया करो क्योंकि ब्लॉग तो आप रोज़ पाईदा थानू फिर पता लगेगा ना जो भी ब्लॉग आया तो चलो ठीक है यार मिलते हैं सारे सत श्री अकाल सारे खुश रहा करो मित्रों कल मिलते हैं।